ਭਾਰਤ ਬੰਦ ਹੈ, ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਟ੍ਰੇਡ ਯੂਨੀਅਨ ਇਸ ਦੇ ਸਮਰਥਨ 'ਚ ਆ ਗਈਆਂ ਨੇ, ਤੁਸੀਂ ਪਿੱਛੇ ਵੇਖ ਸਕਦੇ ਹੋ। ਕਰਫਿਊ ਵਰਗੇ ਹਾਲਾਤ ਇਸ ਨੈਸ਼ਨਲ ਹਾਈਵੇ ਦੇ ਉੱਤੇ ਹੋਏ ਪਏ ਨੇ। ਇਹ ਦਿੱਲੀ ਨੂੰ ਜਾਂਦਾ ਸੜਕ ਹੈ ਜੋ ਦਿੱਲੀ ਨੂੰ ਜੋੜਦੀ ਹੈ, ਪੰਜਾਬ ਦੇ ਨਾਲ ਜੰਮੂ ਜਾਂਦਾ ਰੋਡ ਹੈ। ਜੰਮੂ ਤੋਂ ਦੱਸਿਆ ਜਾਂਦਾ ਹੈ ਕਿ ਦਿੱਲੀ ਤੱਕ ਸੜਕ ਜਾਂਦੀ ਹੈ, ਪਰ ਇਸ ਨੂੰ ਜਾਮ ਕਰ ਦਿੱਤਾ ਗਿਆ। PAP ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵੇਲੇ। PAP ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸਾਡਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਭਾਰਤ ਬੰਦ ਨੂੰ ਪੂਰੇ ਭਾਰਤ ਵਿੱਚ ਸਮਰਥਨ ਮਿਲ ਰਿਹਾ, ਪੰਜਾਬ ਪੂਰਾ ਬੰਦ ਹੈ, ਕਿਵੇਂ ਵੇਖਦੇ ਹੋ ਉਸ ਨੂੰ? ਦੇਖੋ, ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਅੱਜ ਲੋਕ ਇਕਮੁੱਠ ਹੋ ਕੇ ਸਰਕਾਰ ਦੇ ਖਿਲਾਫ਼ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ। ਜਿਹੜੀ ਸਰਕਾਰ ਨੇ ਸਾਨੂੰ ਪੰਜਾਬ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਆ ਭਾਰਤ ਦੇ ਵਿੱਚ ਕਿਸਾਨਾਂ ਨੂੰ, ਉਹਦੇ ਸੰਬੰਧ ਵਿੱਚ ਇਹ ਪੰਜ ਦੀ ਕਾਲ ਆ ਅੱਜ, ਅਤੇ ਉਹਦੇ ਸੰਬੰਧ ਵਿੱਚ ਕਿਸਾਨ ਇਕਮੁੱਠ ਹੋ ਕੇ ਪੂਰੀਆਂ ਕੱਲ੍ਹ 3 ਘੰਟੇ ਪੂਰੇ ਟੋਲ ਪਲਾਜੇ ਬੰਦ ਰਹੇ ਆ। ਅੱਜ ਸਰਕਾਰ ਦੇ ਖਿਲਾਫ਼ ਪੂਰਾ ਭਾਰਤ ਬੰਦ ਕੀਤਾ ਜਾ ਰਿਹਾ ਆ, ਕਿਉਂਕਿ ਸਰਕਾਰ ਮਨ ਮਰਜ਼ੀਆਂ ਕਰ ਕਰਕੇ ਕਿਸਾਨਾਂ ਨੂੰ ਬਰਬਾਦ ਕਰਦੇ ਹੋਈ ਆ, ਮਜ਼ਦੂਰ ਨੂੰ ਬਰਬਾਦ ਕਰਦੇ ਹੋਈ ਆ, ਡਰਾਈਵਰਾਂ ਦੇ ਰਹੀ ਉਹ ਕਾਨੂੰਨ ਲਿਆ ਕੇ ਲਿਆ ਜਾ ਰਹੀ ਆ, ਜਿਹਨਾਂ 10 ਸਾਲ ਦੀ ਸਜ਼ਾ ਅਤੇ 8-7 ਲੱਖ ਰੁਪਈਆ ਜੁਰਮਾਨਾ। ਡਰਾਈਵਰ ਸੜਕ 'ਤੇ ਚੱਲਦਾ, ਉਹਦੀ ਕਿਹਨਾਂ ਦੁਸ਼ਮਣੀ ਥੋੜ੍ਹੀ ਆ, ਅਚਾਨਕ ਕੋਈ ਹੈਪਨ ਹੋ ਜਾਂਦਾ ਆ, ਡਰਾਈਵਰ ਅੱਜ ਹਰ ਘਰ ਦੇ ਡਰਾਈਵਰ ਬੈਠਾ, ਅਤੇ ਡਰਾਈਵਰ ਨੂੰ ਇਸ ਤਰੀਕੇ ਨਾਲ ਤਸੀਹੇ ਦੇ ਕੇ ਮਾਰਨਾ, ਅਤੇ ਕੌਣ ਗੱਡੀ ਚਲਾਊਗਾ, ਕੌਣ ਡਰਾਈਵਰੀ ਕਰੂਗਾ, ਕੌਣ ਰਾਤ ਬੈਠੇ ਕੋਈ ਆ? ਮੁੱਖ ਮੰਤਰੀ ਉੱਥੇ ਮੌਜੂਦ ਰਹੇ ਨੇ, ਕੇਂਦਰ ਦੇ 3 ਮੰਤਰੀ ਮੌਜੂਦ ਰਹੇ ਨੇ, ਕਿੱਥੇ ਪੇਜ ਕਿੱਥੇ ਫਸਿਆ? ਦੇਖੋ, ਇਹ ਸਰਕਾਰ ਦੀ ਦੇ ਮਨ 'ਚ ਭੁਲੇਖਾ ਆ ਜੀ, ਵੇਖ ਇਹਨੇ ਡਿਲੇ ਕਰ ਕਰਕੇ ਇਹਨੂੰ ਡਾਲ ਲਵਾਂਗੇ, ਡਿਲੇ ਕਰਕੇ ਦਬਾ ਲਵਾਂਗੇ, ਇਹ ਲੋਕ ਦਬਣੇ ਨਹੀਂ ਗੇ ਜੀ, ਇਹ ਤਾਂ ਜਿੰਨਾ ਦਬਣਗੇ ਉਨਾ ਹੀ ਉੱਭਰਨਗੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਫੈਸਲਾ ਕਰਕੇ ਸਾਡੀਆਂ ਮੰਗਾਂ ਮਨਾ ਕੇ ਸਾਨੂੰ ਘਰਾਂ ਨੂੰ ਤੋਰਨ ਜੀ। ਅੱਜ ਕਿਸਾਨਾਂ ਵੱਲੋਂ ਬੰਦ ਦਾ ਸਮਰਥਨ ਤੁਸੀਂ ਵੇਖ ਸਕਦੇ ਹੋ ਪੂਰੇ ਪੰਜਾਬ 'ਚ ਵਧੀਆ ਤਰੀਕੇ ਨਾਲ ਮਿਲ ਰਿਹਾ। ਇੱਥੇ PAP ਚੌਂਕ 'ਚ ਕਿੰਨੇ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ? ਇੱਥੇ ਭਾਰਤੀ ਕਿਸਾਨ ਜੀ ਰਾਜੇਵਾਲ ਜਥੇਬੰਦੀ ਵੱਲੋਂ ਜਿਹੜਾ ਮੈਨੇਜ ਕੀਤਾ ਗਿਆ, ਅਤੇ ਹੋਰ ਜਿਹੜੀਆਂ ਜਥੇਬੰਦੀਆਂ ਆਈਆਂ ਉਹਨਾਂ ਨੂੰ ਜੀ ਆਇਆ, ਮੁਲਾਜ਼ਮ ਜਥੇਬੰਦੀਆਂ ਆ, ਅਤੇ ਮਜ਼ਦੂਰ ਜਥੇਬੰਦੀਆਂ ਆ, ਬਹੁਤ ਸਾਰੀਆਂ ਜਥੇਬੰਦੀਆਂ। ਸਰਕਾਰ ਤੋਂ ਕੀ ਅਪੀਲ ਕਰਨਾ ਚਾਹੋਗੇ ਕਿ ਸ਼ੰਭੂ ਬੈਠੇ ਕਿਸਾਨ ਅੱਗੇ ਦਿੱਲੀ ਵੱਧ ਸਕਣ, ਜਾਂ ਪੰਜਾਬ ਉਹਨਾਂ ਨੂੰ ਵਰਤਣ ਮੁੜਨਾ ਪਵੇ, ਕਹਿ ਸਕਦੇ ਹੋ ਕਿ ਮੰਗਾਂ ਮੰਨ ਲਈਆਂ ਜਾਣ ਤਾਂ ਪੰਜਾਬ ਵਾਪਸ? ਦੇਖੋ, ਦਿੱਲੀ ਜਾ ਕੇ ਅਸੀਂ ਕਹਿਣਾ ਸਾਨੂੰ ਹੱਕ ਦੇਣ ਸਾਡਾ ਜੀ, ਅਸੀਂ ਆਪਣੇ ਘਰਾਂ ਨੂੰ ਆਈਏ ਜੀ, ਅਸੀਂ ਤਾਂ ਹੱਕਾਂ ਦੇ ਲੜਦੇ ਹਾਂ, ਹੱਕ ਸਾਨੂੰ ਮਿਲ ਜਾਓ, ਅਸੀਂ ਘਰਾਂ ਨੂੰ ਵਾਪਸ ਆ ਜਾਈਏ। ਕੀ ਭਾਰਤੀ ਕਿਸਾਨ ਯੂਨੀਅਨ ਦਿੱਲੀ ਚਲੋ ਮਾਰਚ ਦਾ ਸਮਰਥਨ ਕਰੇਗੀ? ਕਰਦੀ ਆ ਸਮਰਥਨ, ਤਾਂ ਕਰਦੀ ਉਹਨਾਂ ਸਮਰਥਨ ਕੱਲ੍ਹ 3 ਘੰਟੇ SKM ਨੇ 3 ਘੰਟੇ ਟੋਲ ਪਲਾਜ਼ੇ ਫ੍ਰੀ ਕੀਤੇ ਆ। ਦਿੱਲੀ ਜਾਓਗੇ? ਦੇਖੋ, ਜੇ ਫੈਸਲਾ SKM ਮਿਲੂਗਾ ਉਹਦੇ ਮੁਤਾਬਕ ਅੱਗੇ ਵਧਾਂਗੇ ਜੀ, ਉਹਦੇ ਮੁਤਾਬਕ ਚੱਲਾਂਗੇ। ਤਾਂ ਬਿਲਕੁਲ ਇਸ ਵੇਲੇ PAP ਚੌਂਕ 'ਚ ਮੌਜੂਦ ਹੈ, ਪਿੱਛੇ ਜਾਮ ਲੱਗਿਆ ਹੋਇਆ, ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਮੌਜੂਦ ਨੇ ਸਾਡੇ ਨਾਲ, ਤਾਂ ਇੱਥੇ ਪ੍ਰੋਫੈਸਰ ਜੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆਜ਼ਾਦ ਕਿਸਾਨ ਮੋਰਚੇ ਤੋਂ ਨੇ। ਪ੍ਰੋਫੈਸਰ ਸਾਹਿਬ, ਕਿਵੇਂ ਵੇਖਦੇ ਹੋ ਅੱਜ ਦੇ ਧਰਨੇ ਨੂੰ ਪਹਿਲਾਂ? ਤੇ ਮੈਂ ਅੱਜ ਦੇ ਧਰਨੇ 'ਚ ਇਹੀ ਦੇਖ ਰਿਹਾ ਜੀ, 16 ਫਰਵਰੀ ਦੀ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀਗੀ, ਪੂਰਾ ਸਮਰਥਨ ਮਿਲ ਰਿਹਾ ਹਰਿਆਣੇ ਤੋਂ, ਰਾਜਸਥਾਨ ਤੋਂ, ਈਵਨ ਵੈਸਟਰਨ UP ਤੋਂ ਖਬਰਾਂ ਆ ਰਹੀਆਂ ਨੇ, ਭਾਰਤ ਬੰਦ ਦੀ ਬੜੇ ਸਮਰਥਨ ਦਿੱਤਾ ਸਾਰਿਆਂ ਨੇ। ਪੰਜਾਬ ਦੇ ਵਿੱਚ ਵੀ ਪੈਟਰੋਲ ਪੰਪ ਯੂਨੀਅਨਸ ਨੇ, SGPC ਨੇ, ਮਾਰਕੀਟ ਯੂਨੀਅਨਸ ਨੇ, ਪੂਰਾ ਸਾਥ ਦੇ ਰਹੇ ਨੇ, ਐਂਡ ਜਿਨ੍ਹਾਂ ਜਿਨ੍ਹਾਂ ਨੇ ਮਾੜਾ ਮੋਟਾ ਕਿਤੇ ਸਵੇਰੇ ਆਪਣੇ ਕੰਮ ਸ਼ੁਰੂ ਵੀ ਕੀਤੇ, ਉਹ ਵੀ ਜਿੱਦਾਂ ਜਿੱਦਾਂ ਉਹਨਾਂ ਨੂੰ ਪਤਾ ਲੱਗ ਰਿਹਾ ਉਹਨਾਂ ਨੇ ਆਪਣੇ ਕੰਮਾਂ ਨੂੰ ਕੀਤਾ ਜੀ ਸਮਰਥਨ। ਬੀਂਗੇ ਤੁਸੀਂ ਕਿਸਾਨ ਇੱਥੇ ਮੌਜੂਦ ਹੋ, ਧਰਨਾ ਦੇ ਰਹੇ ਹੋ, ਬੀਂਗੇ ਪ੍ਰੋਫੈਸਰ, ਇੱਕ ਸਵਾਲ ਪੁੱਛਣਾ ਚਾਹਾਂਗਾ, ਅੱਜ ਕੁਝ ਬੱਚਿਆਂ ਦੇ ਪੇਪਰ ਵੀ ਸੀ, ਅਤੇ ਲੱਗਦਾ ਨਹੀਂ ਕਿਤੇ ਉਹਨਾਂ ਨੂੰ ਖੱਜਲ ਖੁਆਰੀ ਹੋ ਸਕਦੀ ਹੈ? ਦੇਖੋ, ਕੱਲ੍ਹ ਸ਼ਾਮ ਤੋਂ ਹੀ ਕਲੀਅਰ ਇੰਸਟਰਕਸ਼ਨ ਸਾਰਿਆਂ ਨੂੰ ਬੇਨਤੀ ਕਰਤੀ ਗਈ ਸੀਗੀ ਕਿ ਭਾਈ ਜਿਹੜਾ ਵੀ ਕੋਈ ਬੰਦਾ ਐਂਬੂਲੈਂਸ, ਐਮਰਜੈਂਸੀ ਸਰਵਿਸਿਜ਼, ਏਅਰਪੋਰਟ, ਬੱਚਿਆਂ ਦੇ ਪੇਪਰ
ਉੱਪਰ ਕਿਸੇ ਨੂੰ ਵੀ ਵਿਘਨ ਨਾ ਪਵੇ, ਨਿਰਵਿਘਨ ਸਭ ਨੂੰ ਨਿਕਲਣਾ ਦਿੱਤਾ ਜਾਵੇ। ਐਂਡ ਜੇ ਤੁਸੀਂ ਦੇਖ ਰਹੇ ਹੋ ਆਪਾਂ ਇੱਥੇ PAP ਵੀ ਖੜ੍ਹੇ ਹਾਂ, ਸਰਵਿਸ ਲੇਨਸ ਓਪਨ ਨੇ, ਗੱਡੀਆਂ ਆ ਜਾ ਰਹੀਆਂ ਨੇ, ਐਂਬੂਲੈਂਸ ਕਿਸੇ ਨੇ ਜਾਣਾ, ਕਿਸੇ ਨੇ ਬਾਹਰ ਏਅਰਪੋਰਟ ਜਾਣਾ, ਕਿਸੇ ਨੇ ਸਕੂਲਾਂ ਕਾਲਜਾਂ 'ਚ ਮਾਂ ਪਿਓ ਨੇ ਜਾਣਾ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ, ਅਸੀਂ ਇਸ ਚੀਜ਼ ਦਾ ਪੂਰਾ ਖਿਆਲ ਰੱਖ ਕੇ ਚੱਲ ਰਹੇ ਹਾਂ। ਬਿਲਕੁਲ ਬਹੁਤ ਧੰਨਵਾਦ। ਤਾਂ ਤੁਸੀਂ ਵੇਖ ਸਕਦੇ ਹੋ PAP ਦੇ ਵਿੱਚ ਇਸ ਵੇਲੇ ਜੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਬੀਬੀਆਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਪਰ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਨਜ਼ਰ ਆ ਰਹੀ ਤਸਵੀਰ ਹੈ ਫਿਲਹਾਲ ਇਸ ਤਸਵੀਰ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਨੇ, ਜਿੱਥੇ ਇੱਕ ਪਾਸੇ ਧਰਨਾ ਦਿੱਤਾ ਜਾ ਰਿਹਾ, ਉੱਥੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕੁਝ ਲੋਕ ਇੱਥੇ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਬਾ ਜੀ, ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ, ਉਮਰ ਕਿੰਨੀ ਹੋ ਗਈ ਹੈ? ਉਮਰ ਹੋ ਗਈ ਜੀ 54 ਸਾਲ ਹੋ ਗਏ ਜੀ। 54 ਸਾਲ ਦੇ ਵਿੱਚ ਤਾਂ ਇੱਥੇ ਸੜਕਾਂ 'ਤੇ ਰੋਲਣਾ ਪੈ ਰਿਹਾ ਧਰਨਾ ਦੇ ਨਾਲ, ਆਪਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਇਸ ਕਰਕੇ ਦਿੱਲੀ ਕਰਦਾ, ਬਹੁਤ ਦੁਖੀ ਕਰ ਰਹੇ ਆ ਕਿਸਾਨਾਂ ਨੂੰ। ਹਰ ਤੁਸੀਂ ਜ਼ਰੂਰ ਦੱਸਿਓ, ਤੁਹਾਨੂੰ ਲੱਗਦਾ ਕਿ ਅੱਜ ਦਾ ਧਰਨਾ ਮੋਦੀ ਸਰਕਾਰ 'ਤੇ ਅਸਰ ਪਵੇਗਾ? ਹਾਂਜੀ ਜੀ, ਅੱਜ ਸਾਰੇ ਭਾਰਤ ਜਿਹੜਾ ਕਿਸਾਨ ਵੀਰਾਂ ਨੇ ਬੰਦ ਕੀਤਾ ਹੋਇਆ, ਸੋ ਇਹ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇ ਸਰਕਾਰ ਨੇ ਜੇ ਇਹ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਦੇਸ਼ ਦੇ ਹਾਲਾਤ ਜਿਹੜੇ ਬੜੇ ਵਿਗੜਨ ਦੇ ਆਸਾਰ ਨੇ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਸਰਕਾਰ ਆ ਇਹਨੂੰ ਜਿਹੜੀ ਆ ਇਹ ਸਰਕਾਰ ਨੂੰ ਜਿਹੜੀ ਹੈ ਗੱਲ ਕਿਸਾਨਾਂ ਨਾਲ ਬਹਿ ਕੇ ਜਿਹੜੀ ਹੈ ਕਰਨੀ ਚਾਹੀਦੀ ਹੈ। ਬਿਲਕੁਲ, ਕਿਸਾਨਾਂ ਨਾਲ ਬਹਿ ਕੇ ਗੱਲਬਾਤ ਨਿਬੇੜ ਲੈਣੀ ਚਾਹੀਦੀ ਹੈ, ਕਿਉਂਕਿ ਕਿਸਾਨ ਅੱਜ ਵੀ ਸੜਕਾਂ ਤੋਂ ਰੋਲ ਰਿਹਾ। ਉਹ ਕਿਸਾਨ ਹੈ ਜੋ ਦੇਸ਼ ਦਾ ਆਂਦਾ ਤੱਕ ਹੁੰਦਾ ਹੈ, ਦੇਸ਼ ਦਾ ਆਂਦਾ ਤੱਕ ਕਿਸਾਨ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਸੜਕਾਂ 'ਤੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ। ਇੱਕ ਪਾਸੇ ਕਰਫਿਊ ਵਰਗੇ ਹਾਲਾਤ ਹੋਏ ਪਏ ਨੇ, ਸੜਕਾਂ ਬਿਲਕੁਲ ਬੰਦ ਪਈਆਂ ਨੇ, ਦੂਜੇ ਪਾਸੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ, ਕਿਸਾਨ ਇੱਥੇ ਪਹੁੰਚੇ ਹੋਏ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਇੱਥੇ ਕਿਸਾਨਾਂ ਵੱਲੋਂ ਲਗਾਤਾਰ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ, ਇਸ ਵਿਚਕਾਰ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋਈਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਸਾਨ ਆਗੂ ਬੀਬੀ ਰਜਵਿੰਦਰ ਕੌਰ ਜੀ ਸਾਡੇ ਮੌਜੂਦ ਹੈ, ਕਿਵੇਂ ਵੇਖਦੇ ਹੋ ਅੱਜ ਦੇ ਧਰਨੇ ਨੂੰ ਪਹਿਲਾਂ ਇਸ ਗੱਲ 'ਤੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਮੇਰਾ ਨਾਂ ਰਾਜਵਿੰਦਰ ਕੌਰ ਰਾਜੂ, ਮੈਂ ਮਹਿਲਾ ਕਿਸਾਨ ਯੂਨੀਅਨ ਪ੍ਰਧਾਨ ਹਾਂ ਜੀ। ਅਸੀਂ ਇਸ ਧਰਨੇ ਨੂੰ ਇਸ ਕਰਕੇ ਇੱਦਾਂ ਦੇਖਦੇ, ਸਾਨੂੰ ਇਹ ਦੁਬਾਰਾ ਫਿਰ ਮਜਬੂਰ ਕੀਤਾ ਗਿਆ ਆ ਲਾਉਣ ਲਈ। ਸਾਡੇ ਕਿਸਾਨ ਭਰਾ 12 ਤਰੀਕ ਦੇ ਸ਼ੰਭੂ ਬਾਰਡਰ ਦੀਆਂ ਬਰੂਹਾਂ ਤੇ ਪਹੁੰਚੇ ਹੋਏ ਆ। ਅਸੀਂ ਦਿੱਲੀ ਜਾਣਾ ਆ, ਕਿਸੇ ਵੀ ਸਰਕਾਰ ਦਾ, ਕਿਸੇ ਵੀ ਇਨਸਾਨ ਦਾ ਹੱਕ ਨਹੀਂ ਵੀ ਰਾਹੀ ਨੂੰ ਰਸਤੇ ਤੋਂ ਰੋਕਣ ਦਾ। ਇਹ ਸਰਕਾਰਾਂ ਨੇ ਸਾਨੂੰ ਧੱਕਾ ਕੀਤਾ ਆ, ਬੈਰੀਗੇਟ ਲਾਏ ਆ ਸਾਡੇ ਤੇ, ਅਥਰੂ ਗੈਸ ਚਲਾਈ ਆ, ਰਬੜ ਵਾਲੀਆਂ ਗੋਲੀਆਂ ਚਲਾਈਆਂ। ਦੱਸੋ ਅਸੀਂ ਕੋਈ ਅੱਤਵਾਦੀ ਆ, ਖਾਲਿਸਤਾਨ ਆ? ਸਾਨੂੰ ਪਹਿਲਾਂ ਵੀ ਇਹਨਾਂ ਨੇ ਇਹੋ ਜਿਹੇ ਦਰਜੇ ਦਿੱਤੇ ਹੋਏ ਸੀ ਜਿਹੜੇ ਹੋਣ ਆ। ਇੱਕ ਪਾਸੇ ਹਾਈਕੋਰਟ ਕਹਿੰਦੀ ਆ, ਮੋਹਾਲੀ ਦੇ ਵਿੱਚ ਜਿਹੜਾ ਕੌਮੀ ਮੋਰਚਾ ਲੱਗਾ ਹੋਇਆ ਵੀ ਸੜਕਾਂ ਖਾਲੀ ਕਰੋ, ਦੂਸਰੇ ਪਾਸੇ ਇਹੋ ਹੀ ਸਰਕਾਰਾਂ ਸੜਕਾਂ ਰੋਕ ਰਹੀਆਂ ਆ। ਹਾਈਕੋਰਟ ਦੀਆਂ ਹਦਾਇਤਾਂ ਵੀ ਨਹੀਂ ਮੰਨ ਰਹੀ ਸਰਕਾਰ, ਕਿਉਂ ਨਹੀਂ? ਹਾਂਜੀ, 3 ਗੇੜ ਦੀ ਬੈਠਕ ਹੋ ਚੁੱਕੀ ਆ, 4 ਗੇੜ ਦੀ ਬੈਠਕ ਫੇਰ ਐਤਵਾਰ ਸੱਦ ਲਈ ਹੈ। ਕੀ ਲੱਗਦਾ ਹੈ ਕਿ ਮੰਗਾਂ ਮੰਨੀਆਂ ਜਾਣਗੀਆਂ ਦਿੱਲੀ ਜਾਣੇ? ਨਹੀਂ ਜੀ, ਇਹ ਮੰਗਾਂ ਇਹਨਾਂ ਨੇ ਮੰਨਣੀਆਂ ਨਹੀਂ। ਪਿਛਲੀ ਵਾਰੀ ਵੀ ਸਾਨੂੰ 11 ਮੀਟਿੰਗਾਂ ਹੋਈਆਂ ਸੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ, ਤੇ ਮੋਦੀ ਸਾਹਿਬ ਸਾਡੀ ਮੀਟਿੰਗ ਦੇ ਵਿੱਚ ਆਏ ਨਹੀਂ ਸੀ। ਸਾਡੀ ਇਹੋ ਹੀ ਮੰਗ ਸੀ ਮੋਦੀ ਸਾਹਿਬ ਮੀਟਿੰਗ ਦੇ ਵਿੱਚ ਆਉਣ। 11 ਮੀਟਿੰਗਾਂ ਖੇਤੀਬਾੜੀ ਮੰਤਰੀ ਨਾਲ ਹੋਈਆਂ ਸੀ, ਬਿਆਰਥ ਨਿਕਲੀਆਂ ਆ। ਉਸ ਤੋਂ ਬਾਅਦ ਆਖਰ ਫਿਰ ਇਹਨਾਂ ਨੂੰ ਇਹੋ ਹੀ ਹੋਇਆ, ਮੋਦੀ ਸਰਕਾਰ ਨੂੰ ਇਹੋ ਮੰਨਣਾ ਪਿਆ ਵੀ ਹਾਂ ਬਈ ਮੈਂ ਜ਼ੁਲਮ ਕਰ ਰਿਹਾ ਆ, ਮੈਨੂੰ ਹੁਣ ਜ਼ੁਲਮ ਦੇ ਅੱਗੇ ਝੁਕਣਾ ਪੈਣਾ ਆ। ਇਸ ਵਾਰ ਲੱਗਦਾ ਕਿ ਮੰਗਾਂ ਮੰਨੀਆਂ ਜਾਣਗੀਆਂ ਹੁਣ?
ਮੰਗਾਂ ਤਾਂ ਹੁਣ ਵੀ ਨਹੀਂ ਇਹਨਾਂ ਨੇ ਮੰਨਣੀਆਂ ਜੀ। ਹੁਣ ਹੋਰ ਮੈਨੂੰ ਲੱਗਦਾ ਵੀ 15-20 ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਆ। ਇਹਨਾਂ ਨੇ ਹੁਣ ਜਿਹੜਾ ਇਹੋ ਬਣਾਇਆ ਹੋਇਆ ਪ੍ਰਖੰਡ ਬਣਾਇਆ ਆ ਵੀ ਮੀਟਿੰਗਾਂ ਕਰੀ ਚਲੋ, ਚੋਣ ਜਾਬਤਾ ਨੇੜੇ ਆ ਜਾਊਗਾ, ਅਸੀਂ ਉਸ ਤੋਂ ਬਾਅਦ ਕਹਿ ਦਾਂਗੇ ਵੀ ਕੇਂਦਰ ਸਰਕਾਰ ਜਿਹੜੀ ਹੁਣ ਕੁਛ ਨਹੀਂ ਕਰ ਸਕਦੀ, ਆਪਾਂ ਫਿਰ ਆਪਣੀਆਂ ਇਲੈਕਸ਼ਨਾਂ ਤੋਂ ਬਾਅਦ ਜਦੋਂ ਨਵੀਂ ਸਰਕਾਰ ਆਈ ਉਦੋਂ ਕੁਛ ਕਰਾਂਗੇ। ਬਾਰਡਰ ਦੇ ਉੱਤੇ ਸ਼ੰਭੂ ਬਾਰਡਰ 'ਤੇ ਬੀਬੀਆਂ ਡਟੀਆਂ ਨੇ, ਪੰਜਾਬ ਦੇ ਪੁੱਤ ਡਟੇ ਨੇ, ਇਸ ਵੇਲੇ ਉਹ ਅੰਨਦਾਤਾ ਡਟਿਆ ਜਿਸ ਨੂੰ ਪੂਰੇ ਦੇਸ਼ ਦੇ ਵਿੱਚ ਕਹਿ ਸਕਦੇ ਢਿੱਡ ਭਰਨ ਵਾਲਾ। ਪਰ ਅੱਜ ਉਹੀ ਅੰਨਦਾਤਾ ਸੜਕਾਂ 'ਤੇ ਬੈਠਾ ਹੈ, ਕਿਤੇ ਨਾ ਕਿਤੇ ਰੁਲ ਰਿਹਾ। ਮੈਂ ਸਿੱਧੇ ਤੌਰ 'ਤੇ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਜੋ ਬਣੇ ਹੋਏ ਨੇ ਉਹ ਕਿਵੇਂ ਵੇਖ ਸਕਦੇ ਹੋ ਸਾਹਿਬ? ਇਹ ਸਰਕਾਰਾਂ ਹਾਲਾਤ ਬਣਾਉਂਦੀਆਂ ਆ, ਅਸੀਂ ਆਪਣੀਆਂ ਮੰਗਾਂ 'ਤੇ ਬੈਠੇ ਹਾਂ। ਮੰਗਾਂ ਸਾਡੀਆਂ 9 ਦਸੰਬਰ 2021 ਨੂੰ ਨਹੀਂ ਮੰਨੀਆਂ ਇਹਨਾਂ ਨੇ, ਮੁਲਤਵੀ ਅਸੀਂ ਮੁਲਤਵੀ ਕਰਕੇ ਆਏ ਹਾਂ ਆਪਣਾ ਧਰਨਾ। ਜਿਹੜਾ ਮੰਗਾਂ ਇਹਨਾਂ ਨੇ ਨਹੀਂ ਮੰਨੀਆਂ ਸਾਡੀਆਂ, ਸਾਨੂੰ ਦੁਬਾਰਾ ਫਿਰ ਸੜਕਾਂ 'ਤੇ ਆਉਣਾ ਪਿਆ ਆ। ਕਿਉਂ ਆਉਣਾ ਪਿਆ ਆ? ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ, ਇਹ ਝੂਠ ਬੋਲ ਕੇ ਵੋਟਾਂ ਲੈਂਦੇ ਆ ਆਮ ਜਨਤਾ ਤੋਂ। ਮੈਂ ਇਹੋ ਕਹਿੰਦੀ ਹਾਂ, ਹੇਰਾ ਫੇਰੀ ਆ, ਇਹ ਡਰਾਮੇਬਾਜ਼ ਆ, ਸਿਰਫ ਆਪਣੀਆਂ ਕੁਰਸੀਆਂ ਲਈ ਆ। ਭਗਵੰਤ ਮਾਨ ਵੀ ਅਤੇ ਇੱਕ ਇਹਦੀ ਮੰਤਰੀ ਵੀ ਕਹਿੰਦੀ ਸੀ ਬਈ MSP ਦੇਣਾ ਸਾਡਾ 5 ਮਿੰਟ ਦਾ ਕੰਮ ਆ, ਅਸੀਂ ਦੇ ਦਾਂਗੇ। ਭਗਵੰਤ ਮਾਨ GTV ਦੇ ਪੰਜਾਬੀ ਚੈਨਲ 'ਤੇ ਕਹਿੰਦਾ ਸੀ ਕੈਪਟਨ ਸਰਕਾਰ ਕੁਰਸੀ ਛੱਡ ਦੇਵੇ, ਅਸੀਂ ਅੱਜ MSP ਦੇਵਾਂਗੇ ਸਾਰੀਆਂ ਫਸਲਾਂ 'ਤੇ ਦੇਵਾਂਗੇ। 2 ਸਾਲ ਹੋ ਗਏ ਆ ਸਾਨਾਂ ਦਾ, ਅੱਜ ਵੀ ਨਹੀਂ ਉਹਨਾਂ ਨੇ ਵੀ ਨਹੀਂ ਗੱਲ ਕੀਤੀ MSP 'ਤੇ। ਹਾਂਜੀ, ਜਦੋਂ ਕਰਜ਼ ਮਾਫ਼ੀ ਦੀ ਗੱਲ ਚੱਲਦੀ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਕੁਛ ਚੀਜ਼ਾਂ ਟ੍ਰੈਂਡ ਕਰਨ ਲੱਗ ਜਾਂਦੀਆਂ ਨੇ। ਅੱਜ ਕੱਲ੍ਹ ਟ੍ਰੈਂਡ ਕਰ ਰਿਹਾ ਕਿ ਜਿਹੜਾ ਕਿਸਾਨ ਕਰਜ਼ਾ ਚੱਕ ਕੇ ਵਿਦੇਸ਼ 'ਚ ਆਪਣੇ ਪੁੱਤ ਨੂੰ ਭੇਜਦਾ, ਵੱਡੀਆਂ ਗੱਡੀਆਂ 'ਚ ਘੁੰਮ ਰਿਹਾ, ਉਹਨੂੰ ਕਰਜ਼ ਮਾਫ਼ੀ ਕਿਉਂ ਦਿੱਤੀ ਜਾ ਰਹੀ? ਨਹੀਂ ਨਹੀਂ ਜੀ, ਇਹ ਤਾਂ ਵੈਸੇ ਉੱਦਾਂ ਹੀ ਮੀਡੀਆ ਦੇ ਜਾਂ ਸੋਸ਼ਲ ਮੀਡੀਆ ਦੇ ਸ਼ੋਸ਼ਾ ਬਣਾਇਆ ਹੋਇਆ, ਸਰਕਾਰਾਂ ਨੇ ਬਣਾਇਆ ਆ। ਸਿਰਫ ਮਜਬੂਰੀਆਂ ਨੂੰ ਜਾਂਦੇ ਆ, ਇੱਥੇ ਕੀ ਕਰਦੇ ਆ? ਇੱਥੇ ਸਾਨੂੰ ਇਹ ਸਰਕਾਰਾਂ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾ ਰਹੇ ਆ। ਅਸੀਂ ਉਹਨਾਂ ਬੱਚਿਆਂ ਨੂੰ ਬਚਾਉਣ ਲਈ ਵਿਦੇਸ਼ਾਂ 'ਚ ਕਰਜ਼ੇ ਚੱਕ ਚੱਕ ਕੇ ਮਜਬੂਰ ਹੋ ਕੇ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ। ਸਾਡੀਆਂ ਅੰਦਰਲੀਆਂ ਆਂਦੜਾਂ ਦੁਖਦੀਆਂ ਆ ਜਦੋਂ ਸਾਨੂੰ ਆਪਣਾ ਪੁੱਤ ਮਹੀਨੇ ਮਹੀਨੇ ਬਾਅਦ ਕਿਤੇ ਮਾੜੀ ਜਿਹੀ ਫੋਟੋ ਦਿਸਦੀ ਆ, ਅਤੇ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਅਸੀਂ ਭੇਜ ਰਹੇ ਹਾਂ। ਇਹ ਅਸੀਂ ਸ਼ੌਂਕ ਲਈ ਨਹੀਂ ਚੁੱਕੇ ਹੋਏ ਕਰਜ਼ੇ, ਇਹ ਸਰਕਾਰਾਂ ਨੇ ਸਾਡੇ ਸਿਰ 'ਤੇ ਚੜ੍ਹਾਏ ਹੋਏ ਆ। ਪੁੱਤਾਂ ਨੂੰ ਵਿਦੇਸ਼ 'ਚ ਰੋਲਣਾ ਪੈ ਰਿਹਾ, ਮਾਵਾਂ ਇੱਥੇ ਸੜਕਾਂ 'ਤੇ ਧਰਨੇ ਦੇ ਰਹੀਆਂ ਨੇ, ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਆ ਜੀ, ਇਹ ਸਾਡੀਆਂ ਗਲਤੀਆਂ ਆ। ਹੁਣ 2024 ਦੀਆਂ ਇਲੈਕਸ਼ਨਾਂ ਆ ਗਈਆਂ ਆ, ਮੈਂ ਸਾਰੀਆਂ ਆਪਣੀਆਂ ਬੀਬੀਆਂ ਨੂੰ ਡੱਟ ਕੇ ਕਹਿੰਦੀ ਹਾਂ ਵੀ ਇਹ ਸਰਕਾਰਾਂ ਨੂੰ, ਨਾ ਆਪ ਨੂੰ ਨਾ BJP ਨੂੰ ਵੋਟ ਨਾ ਪਾਇਓ। ਜੇ ਕਿਸੇ ਨੂੰ ਪਾਉਣੀ ਆ ਤਾਂ ਪਹਿਲਾਂ ਆਪਣਾ ਮੈਨੀਫੈਸਟੋ ਉਹਦੇ ਮੂਹਰੇ ਦਿਖਾਓ ਵੀ ਸਾਡੀਆਂ ਆਹ ਮੰਗਾਂ ਆ, ਜੇ ਪ੍ਰਵਾਨ ਕਰੂੰਗੇ ਅਸੀਂ ਵੋਟ ਪਾਵਾਂਗੇ, ਨਹੀਂ ਤਾਂ ਨਹੀਂ ਪਾਉਂਦੇ। ਅਤੇ ਕਿਸਾਨ ਆਗੂ ਇੱਥੇ ਮੌਜੂਦ ਨੇ, ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਦੇ ਵਿੱਚ ਜਿੱਥੇ ਸ਼ਮੂਲੀਅਤ ਬੀਬੀਆਂ ਵੱਲੋਂ ਵੱਡੀ ਗਿਣਤੀ 'ਚ ਕੀਤੀ ਜਾ ਰਹੀ ਹੈ, ਉੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਅੰਦਰਲੀਆਂ ਜਿੱਥੇ ਕਿ ਹੁਣ ਫਿਲਹਾਲ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਬੀਬੀਆਂ ਬੈਠੀਆਂ ਨੇ, ਬੀਬੀਆਂ ਬੈਠੇ ਨੇ, ਬਜ਼ੁਰਗ ਬੈਠੇ ਨੇ ਵੱਡੀ ਗਿਣਤੀ ਦੇ ਵਿੱਚ। ਇੱਥੇ ਲੋਕਾਂ ਵੱਲੋਂ ਸਵੇਰ ਤੋਂ ਹੀ ਸੜਕ ਜਾਮ ਕਰ ਦਿੱਤੀ ਗਈ ਹੈ। ਅੱਜ 117 ਇਲਾਕਿਆਂ ਦੇ ਵਿੱਚ 117 ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ, 117 ਥਾਵਾਂ ਦੇ ਉੱਤੇ, ਜਿਨ੍ਹਾਂ 'ਚੋਂ 7 ਥਾਵਾਂ ਸਿਰਫ ਜਲੰਧਰ ਦੇ ਵਿੱਚ ਨੇ। ਜਲੰਧਰ ਦੇ ਵਿੱਚ 7 ਥਾਵਾਂ 'ਤੇ ਜਾਮ ਲਾਇਆ ਗਿਆ, ਜਿੰਨਾ ਮਾਫ ਕਰਨਾ 9 ਥਾਵਾਂ 'ਤੇ ਜਾਮ ਲਾਇਆ ਗਿਆ, 9 ਥਾਵਾਂ 'ਤੇ ਸੜਕਾਂ ਜਾਮ ਕੀਤੀਆਂ ਗਈਆਂ ਨੇ, ਜਿੱਥੋਂ ਦੇ ਵਿਚਕਾਰ PAP ਚੌਂਕ ਦੀਆਂ ਤਸਵੀਰਾਂ ਨੇ। PAP ਚੌਂਕ ਦੇ ਵਿੱਚ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ, ਜੋ ਹਾਲਾਤ ਇਸ ਵੇਲੇ ਮੌਕੇ 'ਤੇ ਮੌਜੂਦ ਆ ਅਸੀਂ ਇਹਨਾਂ ਤਸਵੀਰਾਂ ਦੇ ਨਾਲ। ਫਿਲਹਾਲ ਤੁਸੀਂ ਵੇਖ ਰਹੇ ਹੋ ਜਲੰਧਰ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ, ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ TV। ਕੈਮਰਾਮੈਨ ਵਰਿੰਦਰ ਦੇ ਨਾਲ ਮੈਂ ਦਿਲਸ਼ੇਰ ਸਿੰਘ ਚੋਪੜਾ, ਜਗਬਾਣੀ।